ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵੇਰੇ ਸਵੇਰੇ ਪਿਆਜ਼ ਦੇ ਪਰੌਂਠੇ ਨਾਲ ਆਲੂਆਂ ਦੀ ਸਬਜ਼ੀ ਅਤੇ ਨਾਲ ਚਾਹ ਦਾ ਭਰਿਆ ਕੱਪ ਤੁਸੀਂ ਵੀ ਕਰ ਨਾਸ਼ਤਾ ਸਾਹਿਬ ਜੀ ਸਾਡੇ ਕਰ ਚੁੱਕੇ ਆ ਔਰ ਦੇਖ ਲਓ ਨਵੀਂ ਨਵੀਂ ਅੱਜ ਟੀ ਸ਼ਰਟ ਪਾਈ ਹੋਈ ਹੈ ਅਤੇ ਮੈਂ ਸਾਹਮਣੇ ਬੈਠੀ ਸੀ ਮੈਂ ਕਿਹਾ ਚੱਲ ਪੜਦੇ ਇੱਧਰ ਥੋੜ੍ਹੇ ਜਿਹੇ ਕਰ ਦਿਓ ਇਹ ਕੱਲ੍ਹ ਮੈਂ ਬੈਡਸ਼ੀਟ ਲੈ ਕੇ ਆਈ ਸੀ ਪਰ ਮੈਨੂੰ ਰੰਗ ਬਿਲਕੁਲ ਨਹੀਂ ਪਸੰਦ ਆਇਆ ਨਾ ਹੀ ਇਹਨਾਂ ਨੂੰ ਆਇਆ ਇਹ ਮੈਂ ਵਾਪਸ ਕਰ ਦੂੰਗੀ ਅਤੇ ਇਹ ਸੋਫਾ ਕਮ ਬੈੱਡ ਬਾਹਰ ਕੱਢਿਆ ਅੱਜ ਕਿਉਂਕਿ ਨਾ ਐਂ ਲੱਗ ਰਿਹਾ ਸੀ ਜਿਵੇਂ ਨਾ ਸੀਲਨ ਜੀ ਕਿਉਂਕਿ ਇਹ ਤਾਂ ਬਿਲਕੁਲ ਵੀ ਨਾ ਲੈਣ ਦਾ ਫਾਇਦਾ ਨਹੀਂ ਹੈ ਬਿਲਕੁਲ ਵੀ ਲੈ ਬੈਠੇ ਬਸ ਹੁਣ ਗਲਤੀ ਹੋ ਗਈ ਹੈ ਨਾ ਅਤੇ ਅੱਜ ਇੱਧਰ ਉੱਧਰ ਸਮਾਨ ਮੈਂ ਖਸਕਾ ਕੇ ਸਾਰਾ ਦੇਖ ਲਓ ਡਰਾਇੰਗ ਰੂਮ ਦੀਆਂ ਖਿੜਕੀਆਂ ਵਗੈਰਾ ਸਾਫ਼ ਕੀਤੀਆਂ ਡਸਟ ਵਗੈਰਾ ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ ਨਾ ਚੰਡੀਗੜ੍ਹ ਦੇ ਵਿੱਚ ਵੀ ਸੋਫੇ ਸੂਫੇ ਇੱਧਰ ਕਰਾ ਕੇ ਫਿਰ ਹੁਣ ਸੀਮਾ ਅੱਜ ਆ ਗਈ ਸੀ ਫਿਰ ਮੈਂ ਸਾਰੀ ਸਫਾਈ ਕਰਾਈ ਦੇਖ ਲਓ ਬਹੁਤ ਆਪਾਂ ਸੋਚਦੇ ਹਾਂ ਨਾ ਚੰਡੀਗੜ੍ਹ 'ਚ ਸਫਾਈ ਹੈ ਚੰਡੀਗੜ੍ਹ 'ਚ ਡਸਟ ਇੰਨੀ ਹੈ ਸਾਡੇ ਮਕਾਨ 'ਚ ਤਾਂ ਇੰਨੀ ਡਸਟ ਆ ਜਾਂਦੀ ਹੈ ਬਹੁਤ ਹੀ ਜ਼ਿਆਦਾ ਔਰ ਅੱਜ ਦੇਖ ਲਓ ਜੀ ਮੌਸਮ ਕਿੰਨਾ ਖਿਲਿਆ ਖਿਲਿਆ ਹੈ ਨਾ ਕੱਲ੍ਹ ਮੀਂਹ ਸੀ ਅੱਜ ਮੌਸਮ ਬਹੁਤ ਅੱਛਾ ਹੋਇਆ ਪਿਆ ਔਰ ਦੇਖ ਲਓ ਗਮਲਿਆਂ ਦੇ ਪੱਤੇ ਦੇਖ ਲਓ ਕਿੰਨੇ ਹਰੇ ਹਰੇ ਹੋ ਗਏ ਹੈ ਨਾ ਹੁਣ ਬਹੁਤ ਅੱਛੇ ਲੱਗਦੇ ਆ ਸਕੂਨ ਮਿਲਦਾ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਦੇਖ ਕੇ ਮੈਂ ਤਾਂ ਕਿੰਨੀ ਦੇਰ ਨਾ ਬਾਹਰ ਖੜ ਕੇ ਦੇਖਦੀ ਰਹਿੰਦੀ ਹਾਂ ਹੈ ਨਾ ਇਹ ਨੈਚੁਰਲ ਜਿਹੀ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਹੈਗੀਆਂ ਫਿਰ ਜੀ ਦੇਖ ਲਓ ਮੈਂ ਨਹਾ ਕੇ ਆ ਚੁੱਕੀ ਹਾਂ ਸਾਰਾ ਕੰਮ ਹੋ ਚੁੱਕਿਆ ਹੁਣ ਸੁਪ੍ਰੀਤ ਕੌਰ ਕਰਨ ਲੱਗੀ ਹੈ ਜੀ ਆਪਣਾ ਹਲਕਾ ਜਿਹਾ ਮੇਕਅਪ ਜ਼ਿਆਦਾ ਤਾਂ ਨਹੀਂ ਕਰਦੀ ਫਿਰ ਦੇਖ ਲਓ ਜੀ ਸ਼ੀਸ਼ਾ ਇਹਨੇ ਰੱਖਤਾ ਹੋਇਆ ਔਰ ਕੈਮਰੇ ਦੇ ਅੱਗੇ ਹੀ ਆਪਣੇ ਵਾਲਾਂ ਨੂੰ ਦੇਖ ਲਓ ਕਿਵੇਂ ਸੈੱਟ ਕਰੀ ਜਾਂਦੀ ਹੈ ਇਹ ਇਹ ਦੇਖ ਲਓ ਤੁਸੀਂ ਅੱਜ ਸੁਖਪ੍ਰੀਤ ਕੌਰ ਨੇ ਬਣਾਉਣਾ ਹੈ ਜੀ 5 ਮਿੰਟ ਦੇ ਅੰਦਰ ਸ਼ਾਹੀ ਪਨੀਰ ਤੁਸੀਂ ਵੀ ਮਤਲਬ ਬਣਾ ਕੇ ਜ਼ਰੂਰ ਦੇਖਿਓ ਇਹਨੇ ਅੱਜ 5 ਮਿੰਟ ਲਾਉਣੇ ਸਮਾਨ ਸਾਰਾ ਤਿਆਰ ਹੋਵੇ ਨਾ ਤੁਹਾਡਾ ਅਤੇ 5 ਮਿੰਟ ਦੇ ਅੰਦਰ ਤੁਹਾਡਾ ਵਧੀਆ ਹੋਟਲ ਸਟਾਈਲ ਹੋਟਲ ਤੋਂ ਵੀ ਵਧੀਆ ਸ਼ਾਹੀ ਪਨੀਰ ਬਣ ਕੇ ਤਿਆਰ ਹੋ ਜੂਗਾ ਪਿਆਜ਼ ਟਮਾਟਰ ਲਸਣ ਔਰ ਅਦਰਕ ਦੀ ਗ੍ਰੇਵੀ ਤਿਆਰ ਕਰ ਲਓ ਅਤੇ ਜਿੰਨਾ ਕੁ ਤੁਸੀਂ ਪਨੀਰ ਬਣਾਉਣਾ ਉਸੇ ਹਿਸਾਬ ਨਾਲ ਤੁਸੀਂ ਜਿੰਨੀ ਕੁ ਗ੍ਰੇਵੀ ਬਣਾਉਣੀ ਉਨਾ ਕੁ ਸਮਾਨ ਲੈ ਲਓ ਫਿਰ ਉਸ ਤੋਂ ਬਾਅਦ ਦੇਖ ਲਓ ਮੈਂ ਇਹ ਲਗਾਉਣ ਲੱਗੀ ਹਾਂ ਤੜਕਾ ਡਾਲਡੇ ਘਿਓ ਦੇ ਵਿੱਚ ਅਤੇ ਸਾਰਾ ਸਮਾਨ ਪਾ ਕੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਹਲਦੀ ਨਮਕ ਮਿਰਚ ਮਸਾਲਾ ਜਿਹੜੇ ਵੀ ਮੈਂ ਮਸਾਲੇ ਪਾਉਂਦੀ ਹਾਂ ਕੋਈ ਐਕਸਟਰਾ ਮਸਾਲਾ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਅਤੇ ਚੰਗੀ ਤਰ੍ਹਾਂ ਇਹਨੂੰ ਦੇਖ ਲਓ ਆਪਾਂ ਹਿਲਾ ਲਾਂਗੇ ਔਰ ਜ਼ਿਆਦਾ ਦੇਰ ਦੇਖ ਲਓ ਤੁਸੀਂ ਮਸਾਲਾ ਮੈਂ ਪਕਾਉਂਗੀ ਵੀ ਨਹੀਂ ਕਿਉਂਕਿ ਪਨੀਰ ਸ਼ਾਹੀ ਪਨੀਰ ਮਸਾਲਾ ਨਾ ਜ਼ਿਆਦਾ ਦੇਰ ਬਿਲਕੁਲ ਨਹੀਂ ਪਕਾਈਦਾ ਹੁੰਦਾ ਇਹ ਸਿਰਫ ਆਪਣੇ ਮਨਾਂ ਦੇ ਵਹਿਮ ਹੈ ਕਿ ਪਨੀਰ ਦਾ ਮਸਾਲਾ ਬਹੁਤ ਸ਼ਾਹੀ ਪਨੀਰ ਦਾ ਮੈਂ ਮਸਾਲਾ ਦੇਖਿਆ ਕਈ ਤਾਂ ਨਾ ਭੁੰਨੀ ਜਾਣਗੇ ਹੈ ਨਾ ਉਹ ਡਰਾਈ ਡਰਾਈ ਪਨੀਰ ਬਣ ਜਾਂਦਾ ਇਹ ਤੁਸੀਂ ਦੇਖਿਓ ਕਿੰਨੀ ਦੇਰ ਇਹਨੂੰ ਬਣਾਉਣ ਤੇ ਕਿੰਨਾ ਵਧੀਆ ਤੁਸੀਂ ਦੇਖ ਲਓ ਸਬਜ਼ੀ ਦਾ ਕਲਰ ਆਊਗਾ ਬਸ ਜਿੰਨੀ ਦੇਰ ਮੈਂ ਪਨੀਰ ਕੱਟੂਗੀ ਓਨੀ ਦੇਰ ਹੀ ਮਸਾਲੇ ਨੂੰ ਮਤਲਬ ਗੈਸ ਤੇ ਰੱਖੂਗੀ ਤੁਹਾਨੂੰ ਮੈਂ ਸਾਰਾ ਕੁਝ ਉਸ ਤਰ੍ਹਾਂ ਖਾਊਂਗੀ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਹੁਣ ਦੇਖ ਲਓ ਜੀ ਮਸਾਲਾ ਆਪਾਂ ਦੇਖਾਂਗੇ ਬਸ ਇੰਨਾ ਕੁ ਮਸਾਲਾ ਭੁੰਨਣਾ ਹੈ ਭੁੰਨਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦੁੱਧ ਦੀ ਮਲਾਈ 1 ਤੋਂ 1.5 ਚਮਚ ਪਾਇਆ ਬਸ ਜ਼ਿਆਦਾ ਨਹੀਂ ਔਰ ਜਿਹੜਾ ਮਲਾਈ ਦਾ ਦੁੱਧ ਹੈ ਇਹ ਸਿਰਫ ਮਤਲਬ 3-4 ਦਿਨ ਮਲਾਈ ਹੈ ਜ਼ਿਆਦਾ ਪੁਰਾਣੀ ਨਹੀਂ ਹੈਗੀ ਮਲਾਈ ਐਡ ਕਰ ਦਾਂਗੇ ਪਹਿਲਾਂ ਫਿਰ ਉਸ ਤੋਂ ਬਾਅਦ ਜਿਹੜੀ ਗ੍ਰੇਵੀ ਬਣਾਉਣੀ ਹੈ ਨਾ ਆਪਾਂ ਉਹ ਆਪਾਂ ਦੁੱਧ ਦੀ ਬਣਾਵਾਂਗੇ ਅੱਗੋਂ ਦੇਖੋ ਤੁਸੀਂ ਔਰ ਤੁਹਾਨੂੰ ਸੁਖਪ੍ਰੀਤ ਔਰ ਦਿਖਾ ਰਹੀ ਹੈ ਕਿ ਮਤਲਬ ਗ੍ਰੇਵੀ ਦਾ ਕਲਰ ਆਇਆ ਹੈ ਨਾ ਔਰ ਥੋੜ੍ਹਾ ਜਿਹਾ ਪਾਣੀ ਮੈਂ ਨਾ ਭੁੱਲ ਗਈ ਸੀਗੀ ਮਿਕਸੀ ਦੇ ਵਿੱਚ ਪਿਆ ਸੀਗਾ ਅਤੇ ਮੈਂ ਹੁਣੇ ਐਡ ਕਰਤਾ ਇਹਦਾ ਕੋਈ ਚੱਕਰ ਨਹੀਂ ਹੁੰਦਾ ਫਿਰ ਦੇਖ ਲਓ ਜੀ ਰੰਗਤ ਦੇਖ ਲਓ ਤੁਸੀਂ ਸਬਜ਼ੀ ਦੀ ਔਰ ਦੁੱਧ ਪਾਤਾ ਆਪਾਂ ਬਸ ਪਾਣੀ ਦੀ ਜਗ੍ਹਾ ਨਾ ਦੁੱਧ ਐਡ ਕਰਨਾ ਆਪਾਂ ਪਾਣੀ ਨਹੀਂ ਪਾਉਣਾ ਇਸ ਸਬਜ਼ੀ ਦੇ ਵਿੱਚ ਬਿਲਕੁਲ ਵੀ ਕਿਉਂਕਿ ਜਦੋਂ ਅਸੀਂ ਸਬਜ਼ੀ ਦੇ ਵਿੱਚ ਪਾਣੀ ਐਡ ਕਰ ਦਿੰਦੇ ਹਾਂ ਨਾ ਉਹ ਗ੍ਰੇਵੀ ਦਾ ਕੱਚਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਆਪਾਂ ਸ਼ਾਹੀ ਪਨੀਰ ਬਣਾਵਾਂਗੇ ਸ਼ਾਹੀ ਪਨੀਰ ਬਣਾਉਣ ਵਾਸਤੇ ਦੇਖ ਲਓ ਆਪਾਂ ਸ਼ਾਹੀ ਹੀ ਅੰਦਾਜ਼ ਦੇ ਵਿੱਚ ਬਣਾਵਾਂਗੇ ਚੀਜ਼ਾਂ ਨੂੰ ਲਵਾਂਗੇ ਇਹਦੇ ਵਿੱਚ ਦੇਖ ਲਓ ਨਾ ਮੈਂ ਕੋਈ ਤੇਜ਼ ਪੱਤਾ ਲਿਆ ਨਾ ਕੋਈ ਖੜੇ ਮਸਾਲੇ ਲਏ ਸਿੰਪਲ ਤਰੀਕੇ ਦੇ ਨਾਲ ਦੁੱਧ ਔਰ ਮਲਾਈ ਦੇ ਨਾਲ ਮੈਂ ਪਨੀਰ 5 ਮਿੰਟ ਦੇ ਅੰਦਰ ਤੁਸੀਂ ਮੰਨੋਗੇ 5 ਮਿੰਟ ਲੱਗੇ ਸਿਰਫ ਪਨੀਰ ਬਣਾਉਣ ਨੂੰ ਔਰ ਤੁਸੀਂ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਪਨੀਰ ਬਣਾ ਕੇ ਤੁਸੀਂ ਹੋਟਲ ਦਾ ਪਨੀਰ ਖਾਣਾ ਭੁੱਲ ਜਾਓਗੇ ਇਹ ਮੇਰੀ ਸ਼ਰਤ ਹੈ ਤੁਹਾਡੇ ਨਾਲ ਔਰ ਜਦੋਂ ਸਬਜ਼ੀ ਦੇਖ ਲਓ ਇਸ ਤਰ੍ਹਾਂ ਬਣ ਜੇ ਬਣੀ ਪਈ ਹੈ 5 ਮਿੰਟ ਹੀ ਲੱਗੇ ਸਾਰੇ ਉਸ ਤੋਂ ਬਾਅਦ ਥੋੜ੍ਹੇ ਜਿਹੇ 2 ਦਾਣੇ ਤੁਸੀਂ ਪਾ ਦਿਓ ਚੀਨੀ ਦੇ ਤੇ ਉਸ ਤੋਂ ਬਾਅਦ ਜੀ ਦੇਖ ਲਓ ਪਲੇਟ ਦੇ ਕੇ ਹਿਲਾ ਕੇ ਨਾ ਚੰਗੀ ਤਰ੍ਹਾਂ ਪਲੇਟ ਦੇ ਕੇ ਤੁਸੀਂ ਇਹਨੂੰ 10 ਤੋਂ 15 ਮਿੰਟ ਵਾਸਤੇ ਇਸ ਤਰ੍ਹਾਂ ਹੀ ਢੱਕੀ ਰਹਿਣ ਦੇਣੀ ਸਬਜ਼ੀ
फिर उस तो बाद जो तुम सब्जी का स्वाद देखोगे आ देख लो बहुत वधिया बनती है। और सुप्रीत ने दस भी दिता सिर्फ 5 मिनट, 5 मिनट के अंदर आप शाही पनीर बना के तुम देख लो तैयार करता किन्नी वधिया सब्जी बनी। और देख लो कोई कच्चा पानी और कोई कमी नहीं लग रही और खान दे विच एनी टेस्टी सी ना कसम से बची नहीं सब्जी बिल्कुल भी, तुसी यकीन मनो। तो फिर देख लो जी सब्जी रख के प्लेट दे के सुखप्रीत कौर आ चुकी है ड्राइंग रूम दे विच। ड्राइंग रूम दे विचो आ के फिर जी जेड़ा दीवान दे उत्ते समान पिया सीगा क्योंकि सफाई कराने लगे सुखप्रीत कौर सारा समान दीवान दे उपर रख दिंदी है। फिर सीमा राणी चली जाती है फिर सुखप्रीत ओनू उतारना शुरू कर दिंदी है समान नू। ये देख लो फिर उस तो बाद जी देख लो सुप्रीत कौर ने पर्दे आ देख लो हूँ डिगन लगी सी पर्दे चक्के जड़े खिड़कियां ते लटकाए सी खिड़कियां साफ करने वास्ते। फिर देख लो जी पर्दे भी थले उतारते हुए है क्योंकि मैं कह ये भी ना थक जान है ना उपर टंगे टंगे इन्हों भी आप उतार ही दिने है ना। उस तो बाद जी छाल मारी सोफे ते सुप्रीत ने फिर हूँ दूजा पर्दा ला लिया। वह डरी भी जाती है कितने साहब जी आके गुस्सा ना करन कि सोफे ते क्यों चढ़ जानी है क्योंकि अक्सर वीडियो दे विच देखते हैं कि तू सोफे का यूज कर दी है टेबल की जगह। तो मैं हसी भी जानी हाँ मैं कितने वीडियो दे विच बोलन ना लग जान कुछ मैनू मैनू हासा आन लग जाता है। फिर देख लो जी टेबल टूबल इधर करा के अगर रसोई रसोई सारी धोती सीगी तो फिर हूँ वह चीज़ा जड़ियाँ परे उरे कीतियां सी वह हूँ आप रखांगे जी वो टिकाने पर। फिर सुखप्रीत जी थोनू समाइल भी दे रही है जी विच दी देख लो तुसी। उस तो बाद सुखप्रीत कौर ने जी सब्जी बनाती सीगी ते नाल लाऊगी जी रोटियां तुसी भी खा लो गरम गरम रोटियां बहुत वधिया बनी सीगी अज सब्जी शाही पनीर ते नाल रोटी रायता भी सीगा रायता तो हमेशा हुंदा ही है थोनू पता ही है ना। ते एक बारी तुसी मेरे कहे ते तां भाई जरूर बना के देखियो ये सब्जी इन्नी वधिया बनती है ना 5 मिनट के अंदर शाही पनीर। कोई भी तुहाडे घरे गैसट आ जाए शाही सब्जी बना के खवाओ उन्होंने सिर्फ 5 मिनट के अंदर। सब तो आसान तुहानू ट्रिक दसी है मैं हूँ अज ते तुसी मैनू ना कमेंट बॉक्स जरूर दस्या करो कि मैं तुहानू गल सही दसी है कि गलत दसी है मैनू ये भी दस्या करो। जो जो भी मेरी वीडियो देखते ना बस उही उही मैसेज दे दिया करन उही बहुत है। फिर देखो जी मेरे भी दिल में सुकून हो जाता है ना कि चलो जे मैं कुछ दसिया तुसी उस चीज़ नू अपनाया। फिर जी साहब जी आ गए साडे रसोई दे विच ते मैं इन्हां नू कहा मैं कहा भाई दही कट दो है ना ते फिर दही कढ़न लग गए। साहब जी नू कुछ मिलता नहीं है क्योंकि मेरा मूँह उधर नू हुंदा ना फिर इन्हां नू सामने पए चमचे भी नहीं दिखते। फिर ये देख लो जी चमचा मैं दस्या मैं कहा भाई चमचा चमचे स्टैंड दे विच पिया इन्हू कढ़ लो। फिर भाई कहिंदे हुण मैं प्लेट किवें किहड़ी प्लेट लवां और प्लेट का स्टैंड देख लो जेड़े स्टैंड दे विचों हसी भी जाने नाल नाल असी गल्लां भी करी जाने आ मैं कहा ओदे चो प्लेट कढ़ लो पर ना मैनू इन्ना हासा आ रहा है भी हरेक चीज मैनू पुछ पुछ के दसी जांदे भी हाँ पुछी जांदे कि आ चीज कित्थे पई है। फिर देखो कही जांदे आ रायते दे विच बूंदी किवें पावां मैं कहा भाई दही कढ़ लिया ते हुण ओदे विच जिन्ने क दही दी आपां मतलब बूंदी रायता बनाउणा है ते ओना क दही कढ़ लो ते विच बूंदी पा दो है ना। ते फिर जी देखो सुप्रीत कौर समझांदी है भी ये काम इस तरह करना है ये काम इस तरह करना है। फिर साडे साहब जी सुनदे गल फिर देख लो जी रोटी करती आपां तैयार रोटी दोनों जणे ने असीं बैठ के ठाठ नाल रोटी खाधी शाही सब्जी दे नाल अज। फिर जी देख लो थोड़ियां बहुतियां गल्लां चल रही हैं थोड़े जे चौल पए सी मैं तुहानू सच दसा गुड़ वाले वह असी दोनों जने ने गर्म करके खा ले और नाल नाल अज गल्लां करी जाने आ। असी गल्लां की करी जाने आ कल मेरे भरा दा ना भाई मोटरसाइकिल कोई चक के लै गया बार मूरे ही पता नहीं कौन लै गया भाई जिन्हें जो भी वीडियो देखता जिन्हें चक्या मेरे भरा दा भाई मोटरसाइकिल वापस कर दो बहुत दुखी है। यही गल्लां करी जाते सी असी मोटरसाइकिल दियाँ ते मैं आपदी भाबी नू सवेरे मतलब अफसोस की मतलब फोन ही करना सीगा भी भाई मोटरसाइकिल चक्या गया है ना बड़ा माड़ा होया। माड़ा तो नहीं मैं मनती हैगी क्योंकि जो मेरी लाइफ दे विच होया है ते मैं सोचती हाँ जो भी होया अच्छे वास्ते ही होया है। मैं उन्होंने इस वास्ते ही फोन करना सी ते मेरी भाबो राणी का फोन आ गया मैसेज आ गया दीदी अज थोड़ा व्लॉग लेट क्यों हो गया। मैं खैर लै मैं फिर इन्हों
ਇਹ ਕਹਿੰਦੇ ਲੈ ਦੱਸ ਤੂੰ ਵੀ ਮੈਸੇਜ ਦੇ ਦੇ। ਮੈਂ ਵੀ ਕਹਿਤਾ ਫਿਰ, ਮੈਂ ਕਿਹਾ ਭਾਈ ਅੱਜ ਥੋੜ੍ਹਾ ਜਿਹਾ ਲੇਟ ਆਊਗਾ ਅਤੇ ਚੱਲਿਆ ਵੇ, ਮੈਂ ਕਿਹਾ ਤੁਸੀਂ ਨਾਸ਼ਤਾ ਬਣਾ ਕੇ ਰੱਖੋ। ਪਰ ਅਸੀਂ ਇੰਨਾ ਹੱਸੀ ਜਾ ਰਹੇ ਸੀ ਇਹ ਗੱਲਾਂ ਸੁਣ ਸੁਣ ਕੇ, ਹੈ ਨਾ। ਪਰ ਇੱਕ ਗੱਲ ਸੱਚ ਦੱਸਾਂ, ਜੋ ਵੀ ਪਰਮਾਤਮਾ ਕਰਦਾ ਨਾ ਸਹੀ ਕਰਦਾ। ਜੇ ਮੋਟਰਸਾਈਕਲ ਚੱਕਿਆ ਗਿਆ ਨਾ, ਜੇ ਮਿਲਦਾ ਠੀਕ ਹੈ, ਨਹੀਂ ਵੀ ਚੀਜ਼ ਮਿਲਦੀ ਨਾ, ਉਹ ਅੱਛੇ ਵਾਸਤੇ ਹੀ ਹੋਇਆ, ਉਸਨੂੰ ਜ਼ਿਆਦਾ ਲੋੜ ਸੀਗੀ। ਅਤੇ ਮੈਨੂੰ ਇੰਨਾ ਨਹੀਂ ਉਹ ਹੁੰਦਾ, ਕਿਉਂਕਿ ਮੇਰੇ ਨਾਲ ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ ਹੋਈਆਂ, ਮੈਂ ਪਰਵਾਹ ਨਹੀਂ ਕਰਦੀ ਕਿਸੇ ਵੀ ਚੀਜ਼ ਦੀ। ਅਗਰ ਕਹਿੰਦੇ ਨਾ ਕੋਈ ਚੀਜ਼ ਸਾਡੀ ਹੈਗੀ ਹੈ ਕੋਲ, ਤਾਂ ਵੀ ਸਾਨੂੰ ਸਕੂਨ ਹੈ, ਨਹੀਂ ਹੈ ਤਾਂ ਵੀ ਸਕੂਨ ਹੈ। ਦੁੱਖ ਤਾਂ ਹੁੰਦਾ ਬਹੁਤ ਜ਼ਿਆਦਾ ਜਦੋਂ ਕੋਈ ਚੀਜ਼ ਸਾਡੇ ਕੋਲ ਨਹੀਂ, ਮਤਲਬ ਹੋ ਕੇ ਵੀ ਕੋਈ ਚੱਕ ਕੇ ਲੈ ਜੇ, ਪਰ ਜੇ ਨਾ ਵੀ ਮਿਲੇ, ਹੈ ਨਾ, ਦਿਲ ਨੂੰ ਤਾਂ ਆਪਾਂ ਦਿਲਾਸਾ ਦੇਣਾ ਹੀ ਹੈ, ਹੌਸਲਾ ਦੇਣਾ ਹੀ ਹੈ, ਹੈ ਨਾ। ਅਤੇ ਇਸ ਵੀਡੀਓ ਦਾ ਆਪਾਂ ਬਸ ਐਂਡ ਇੱਥੇ ਹੀ ਕਰਾਂਗੇ। ਹੁਣ ਦੇਖ ਲਓ, ਪ੍ਰੀਤੋ ਨੇ ਭਾਂਡੇ ਚੱਕ ਲਏ ਅਤੇ ਸਾਹਿਬ ਜੀ ਬੈਠੇ ਹੈ ਸੋਫੇ 'ਤੇ, ਹੁਣ ਫਿਰ ਫੋਨ ਚੱਕ ਲਿਆ। ਓਕੇ ਜੀ, ਬਾਏ ਬਾਏ, ਕੱਲ੍ਹ ਨੂੰ ਫਿਰ ਮਿਲਾਂਗੇ। ਮੇਰਾ ਛੋਟਾ ਜਿਹਾ ਵਲੋਗ ਤੁਹਾਨੂੰ ਕਿਵੇਂ ਲੱਗਿਆ? ਜੇ ਪਸੰਦ ਆਇਆ ਤਾਂ ਭਾਈ ਜ਼ਰੂਰ ਲਾਈਕ ਕਰਦਿਆ ਕਰੋ, ਔਰ ਜਿਹੜੇ ਨਵੇਂ ਆ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਕਰਨ। ਓਕੇ ਜੀ, ਬਾਏ ਬਾਏ। ਅੱਜ ਨਾ ਮਾਈਕ ਬਹੁਤ ਜ਼ਿਆਦਾ ਪ੍ਰੋਬਲਮ ਦੇ ਰਿਹਾ ਸੀ, ਇਸ ਕਰਕੇ ਵਿੱਚ ਦੀ ਨਾ ਆਵਾਜ਼ ਰੁਕ ਜਾਂਦੀ ਸੀ, ਅਤੇ ਪਲੀਜ਼ ਤੁਸੀਂ ਇਗਨੋਰ ਕਰਨਾ ਔਰ ਹੈੱਡਫੋਨ ਲਾ ਕੇ ਜ਼ਰੂਰ ਸੁਣ ਲਿਓ।